ਕਰ ਦੇਵਾਂਗੇ ਸਾਰਾ ਕੁਝ। ਠੀਕ ਅੱਜ ਜਿਹੜਾ ਭਾਰਤ ਬੰਦ ਆ ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 600 ਸਾਲ ਪੁਰਾਣਾ ਮੰਦਿਰ ਸੀ ਜੋ ਸਿਕੰਦਰ ਲੋਧੀ ਨੇ 700 ਮਰਲੇ ਜ਼ਮੀਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਦਿੱਤੀ ਸੀ ਜੋ ਮਾਲ ਰਿਕਾਰਡ ਅਨੁਸਾਰ ਉਹਨਾਂ ਦੇ ਨਾਮ ਅੱਜ ਵੀ ਬੋਲਦੀ ਹੈ। ਸੋ ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਉਹ ਜਿਹੜੀ ਜਗ੍ਹਾ ਹਥਿਆਈ ਗਈ ਹੈ ਉਸ ਦੇ ਉੱਤੇ ਜਿਹੜਾ ਮੰਦਿਰ ਬਣਿਆ ਹੋਇਆ ਸੀ ਉਹ ਵੀ ਢਾਹ ਦਿੱਤਾ ਗਿਆ। ਸੋ ਕੁਝ ਸਾਲ ਪਹਿਲਾਂ ਉੱਥੇ ਧਰਮਸ਼ਾਲਾ ਬਣੀ ਸੀ ਉਹ ਵੀ ਢਾਹੀ ਗਈ, ਸਕੂਲ ਬਣਿਆ ਸੀ ਉਹ ਵੀ ਢਾਹਿਆ ਗਿਆ। ਸੋ ਕੇਸ ਚੱਲਦਾ ਸੀ। ਸੋ ਮਨੋਵਾਦੀ ਸਰਕਾਰਾਂ ਦੇ ਕਾਰਨ ਇਹ ਜਿਹੜਾ ਕੇਸ ਉਹਨਾਂ ਨੇ ਆਪਣੇ ਹੱਕ 'ਚ ਕੀਤਾ, ਦਿੱਲੀ ਡਿਵੈਲਪਮੈਂਟ ਅਥਾਰਟੀ ਦੇ ਹੱਕ 'ਚ ਕੀਤਾ, ਜਿਨ੍ਹਾਂ ਨੇ 10 ਤਰੀਕ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਮੰਦਿਰ ਢਾਹ ਕੇ ਢਹਿਟੇਰੀ ਕਰ ਦਿੱਤਾ, ਉਹਦੇ ਰੋਸ ਵਜੋਂ ਇਹ ਪੂਰਾ ਪੰਜਾਬ ਪੂਰਾ ਭਾਰਤ ਅੱਜ ਬੰਦ ਕੀਤਾ ਹੋਇਆ। ਸੋ ਅਸੀਂ ਜਿਹੜਾ ਵੀ ਰੋਡ ਹੈ ਇਹ ਜਾਮ ਕੀਤਾ ਹੋਇਆ। ਸੋ ਇਹ ਜਿਹੜਾ ਰੋਸ ਮਾਰਚ ਆ ਉਦੋਂ ਤੱਕ ਚਾਲੂ ਰਹੂਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ। ਜਿਹੜਾ ਸਾਡਾ ਮੰਦਿਰ ਢਾਹਿਆ ਉਹਨੂੰ ਮੁੜ ਸੁਰਜੀਤ ਕਰਕੇ ਸਾਡੀਆਂ ਜਿਹੜੀਆਂ ਇਹ ਸਵਾਮਾਂ ਨੇ ਸੰਤ ਸਮਾਜ ਦੇ ਸਪੁਰਦ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਹ ਸਾਡਾ ਜਿਹੜਾ ਰੋਸ ਮਾਰਚ ਰੋਸ ਧਰਨੇ ਇਹ ਬੰਦ ਚਾਲੂ ਰਹੂਗਾ। ਤਰ੍ਹਾਂ ਤਰ੍ਹਾਂ ਦੇ ਬਗਲਾ ਮਾਰਿਆ ਸੀ, ਬਗਲਾ ਢਾਹਿਆ ਗਿਆ। ਆ ਸਾਨੂੰ ਪੂਰੇ ਸਮਾਜ ਨੂੰ, ਰਮਦਾਸੀਆ ਕੌਮ, ਵਾਲਮੀਕ ਕੌਮ, ਜਾਤੀ ਨੂੰ, ਸਾਰੇ ਐਸੀ ਪਰਿਵਾਰਾਂ ਨੂੰ ਇਹ ਚੀਜ਼ ਦਾ ਬੜਾ ਦੁੱਖ ਹੈ। ਜਿਹੜੀਆਂ ਸਰਕਾਰਾਂ ਹੈ ਇਹ ਮੌਕੇ ਮੌਕੇ 'ਤੇ ਹੱਥ ਕੰਡੇ ਵਰਤਦੀਆਂ। ਉਹ ਕਹਿੰਦੇ ਆ ਜਿਵੇਂ ਸਿਆਣੇ ਦੀ ਕਹਾਵਤ ਹੈ, ਜੇ ਕਿਸੇ ਨੂੰ ਮਾਰਨਾ ਹੋਵੇ ਉਹਦੇ ਧਾਰਮਿਕ ਮੁੱਦੇ ਨੂੰ ਮਾਰ ਦਿਉ, ਜੇ ਕਿਸੇ ਨੂੰ ਮਾਰਨਾ ਉਹਦੇ ਸਿਧਾਂਤ ਨੂੰ ਮਾਰ ਦਿਉ। ਇਹ ਸਰਕਾਰਾਂ ਸਾਡੇ ਸਿਧਾਂਤ ਨੂੰ ਮਾਰ ਲੱਗ ਰਹੀਆਂ, ਪਰ ਇਹ ਸਿਧਾਂਤ ਆਏ ਨਹੀਂ ਮਰਦਾ ਜਿੰਨਾ ਕਰ ਸਤਿਗੁਰੂ ਰਵਿਦਾਸ ਰਵਿਦਾਸ ਕੌਮ ਜਾਗਦੀ ਹੈ ਜਾਂਦੀ ਹੈ, ਉਹਨਾਂ ਚਿਰ ਇਹ ਇਤਿਹਾਸ ਨੂੰ ਕੋਈ ਛੇੜ ਨਹੀਂ ਸਕਦਾ। ਅਸੀਂ ਇਹ ਸਰਕਾਰਾਂ ਨੂੰ ਕਹਿੰਦੇ ਹਾਂ ਬਾਂਹ ਜਾਂਜਣਾ, ਜੇਕਰ ਇਹ ਦੁਬਾਰਾ ਹਰਕਤ ਕੋਈ ਇਹੀ ਜੀ ਕਰੀ ਤਾਂ ਰਵਿਦਾਸ ਕੌਮ, ਵਾਲਮੀਕ ਕੌਮ, ਐਸੀ ਪਰਿਵਾਰ ਆ, ਜੋ ਵੀ ਦਲਿਤ ਪਰਿਵਾਰ ਹੈ, ਕੋਈ ਚੁੱਪ ਕਰਕੇ ਨਹੀਂ ਬੈਠਣਾ। ਅੱਜ ਪੂਰੇ ਭਾਰਤ ਵੱਲੋਂ ਚੱਕਾ ਜਾਮ ਕੀਤਾ ਗਿਆ, ਇਹ ਚੱਕਾ ਜਾਮ ਕਰਨ ਦਾ ਸਾਡਾ ਇਹੀ ਗੁੱਸਾ ਵੀ ਸਾਡੇ ਸਥਾਨ ਨੂੰ ਢਾਹਿਆ ਗਿਆ।